ਜਿਹੜਾ ਕੱਲ੍ਹ ਦਾ ਘਟਨਾਕ੍ਰਮ ਹੋਇਆ ਉਹਦੇ ਸੰਬੰਧ ਦੇ ਵਿੱਚ ਅਸੀਂ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਸਮਾਂ ਵਾ ਇਹ ਬੜਾ ਤੁਹਾਡੇ ਵਾਸਤੇ ਬੜਾ ਕੀਮਤੀ ਆ, ਇਸ ਕਰਕੇ ਤੁਸੀਂ ਜਿਹੜਾ ਅਸਤੀਫੇ ਦੀ ਗੱਲ ਕੀਤੀ ਆ ਇਹ ਤੁਹਾਨੂੰ ਬੇਨਤੀ ਕਰਦੀ ਸੰਗਤਾਂ ਤੁਹਾਡੇ ਨਾਲ ਬਹੁਤ ਪਿਆਰ ਵਾ ਅਤੇ ਤੁਸੀਂ ਜਿਹੜਾ ਆਪਣਾ ਅਸਤੀਫਾ ਵਾਪਸ ਲਓ ਅਤੇ ਇਸ ਟਾਈਮ ਤਕੜੇ ਹੋ ਕੇ ਜਥੇਦਾਰੀ ਦਾ ਰੋਲ ਨਿਭਾਓ। ਅੱਛਾ, ਜੇਕਰ ਗੱਲ ਕੀਤੀ ਜਾਵੇ ਇਸ ਘਟਨਾ ਤੋਂ ਬਾਅਦ ਪੂਰੇ ਸਿੱਖ ਪੰਥ ਦੇ ਵਿੱਚ ਰੋਸ ਹੈਗਾ, ਰੋਸ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਬਲਟੋਹੇ 'ਤੇ ਵੀ ਉਂਗਲ ਚੱਕੀ ਜਾ ਰਹੀ ਹੈ ਅਤੇ ਅੱਜ ਸੁਰਿੰਦਰ ਸਿੰਘ ਰੰਧਾਵਾ 'ਤੇ FIR ਦੀ ਮੰਗ ਵੱਲੋਂ ਮੰਗ ਕੀਤੀ ਗਈ ਹੈ। ਇਹ ਦੇਖੋ ਇਹ ਜਿਹੜੇ ਲੋਕਾਂ ਨੂੰ ਪਾਠ ਪੜ੍ਹਾਉਂਦੇ ਹੁੰਦੇ ਕਿ ਅਕਾਲ ਤਖ਼ਤ ਦੀ ਮਾਣ ਮਰਿਆਦਾ ਸਿੰਘ ਸਾਹਿਬ ਦਾ ਜਿਹੜਾ ਸਤਿਕਾਰ ਨਹੀਂ ਕਰਦੇ, ਅੱਜ ਦੇਖੋ ਇਹ ਖੁਦ ਜਿਹੜੇ ਆ ਆਪਣਾ ਨੂੰ ਬੜੇ ਪੰਥਕ ਖਵਾਉਂਦੇ ਸੀਗੇ, ਅੱਜ ਉਹ ਕਿਵੇਂ ਮਾਣ ਮਰਿਆਦਾ ਨੂੰ ਢਾਹ ਲਾ ਰਹੇ ਆ। ਅਸੀਂ ਤਾਂ ਕਹਿੰਦੇ ਹਾਂ ਕਿ ਇਹਨਾਂ ਦੇ ਹੁਣ ਜਿੱਦਾਂ ਦੇ ਕਰਮੀ ਇਹਨਾਂ ਨੇ ਇੱਦਾਂ ਦੇ ਕੀਤੇ ਹੋਏ ਕਿ ਕੁਦਰਤ ਵੱਲੋਂ ਹੀ ਬਹਾਨੇ ਬਣ ਰਹੇ ਆ, ਇਹ ਅੱਗੇ ਪਲਾ ਹੀ ਹੱਥ ਮਾਰ ਰਹੇ ਆ। ਅਸੀਂ ਸਿੰਘ ਸਾਹਿਬ ਨੂੰ ਕਿਹਾ ਕਿ ਤਗੜੇ ਹੋ ਤੁਸੀਂ, ਪੰਥ ਤੁਹਾਡੇ ਨਾਲ ਵਾ, ਅਤੇ ਇਸ ਕਰਕੇ ਇਹਨਾਂ ਨੂੰ ਵਾਹਿਗੁਰੂ ਸਜ਼ਾ ਦੇ ਰਿਹਾ, ਇਹਨਾਂ ਨੇ ਕੰਮ ਹੀ ਜਿਹੜੇ ਕੌਮ ਦੇ ਨਾਲ ਦੇਸ਼ ਜਿਹੜਾ ਧੋਖਾ ਕੀਤਾ ਹੋਇਆ ਉਹਦੀ ਸਜ਼ਾ ਮਿਲ ਰਹੀ ਹੈ। ਜਥੇਦਾਰ ਸਾਹਿਬ ਦੇ ਆਦੇਸ਼ ਤੋਂ ਬਾਅਦ ਵੀ ਜਿਹੜਾ ਹੈਗਾ ਭੁੰਦੜ ਸਾਹਿਬ ਵੱਲੋਂ ਕਾਰਵਾਈ ਨਹੀਂ ਕੀਤੀ ਗਈ, ਜਿਸ ਤਰ੍ਹਾਂ ਉਹਨਾਂ ਕਿਹਾ ਸੀ 10 ਸਾਲ ਲਈ ਜਿਹੜਾ ਹੈਗਾ ਇਹਨਾਂ ਨੂੰ ਬਾਹਰ ਕੱਢਿਆ ਜਾਵੇ, ਪਰ ਅੱਜ ਅਸਤੀਫਾ ਮਨਜ਼ੂਰ ਕਰ ਲਿਆ ਉਹਨਾਂ ਦਾ। ਇਹ ਦੇਖੋ ਜੀ ਇੱਥੋਂ ਪਤਾ ਲੱਗਦਾ ਕਿ ਜਿਹੜੀ ਉਹ ਅਕਾਲੀ ਪਾਰਟੀ ਉਹ ਬਲਟੋਆ ਇਕੱਲਾ ਨਹੀਂ ਬੋਲ ਰਿਹਾ, ਉਹਦੇ ਪਿੱਛੇ ਬੋਲ ਰਿਹਾ ਕੋਈ, ਉਹ ਬਚਾਉਣ ਦਾ ਕੋਈ ਤਰੀਕਾ ਲੱਭ ਰਿਹਾ ਸੀ ਅਤੇ ਉਹਦੇ ਵਿੱਚ ਆਹ ਵੀ ਫਸਦੇ ਜਾ ਰਹੇ ਆ। ਹੋਰ ਕੋਈ ਕਹਿੰਦੇ ਉਹ ਸ਼੍ਰੋਮਣੀ ਕਮੇਟੀ ਵਾਲੇ ਵੀ ਦੇਖੋ ਕਿਵੇਂ ਕਰ ਰਹੇ ਆ, ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਸਿੱਖ ਪੰਥ ਜਿਹੜਾ ਦੂਜੇ ਪਾਸੇ ਹੋਇਆ, ਫਿਰ ਉਹ ਬਿਆਨ ਦੂਜੇ ਪਾਸੇ ਗਏ, ਜਦੋਂ ਧਾਮੀ ਸਾਹਿਬ ਵੀ ਜਿਹੜਾ ਘੁਮਾ ਘੁਮਾ ਕੇ ਰਾਤ ਦੀਆਂ ਗੱਲਾਂ ਕਰ ਰਹੇ ਸੀ ਕਿ ਉਹ ਇਸ ਤਰ੍ਹਾਂ ਨਹੀਂ, ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਜਦੋਂ ਉਹ ਖੁਦ ਉਹਨੂੰ ਨਹੀਂ ਕਹਿ ਰਹੇ ਕਿ ਤੁਸੀਂ ਜਿਹੜਾ ਗਲਤ ਕਰ ਰਹੇ ਹੋ, ਮਾਣ ਮਰਿਆਦਾ ਨੂੰ ਢਾਹ ਲਾ ਰਹੇ ਹੋ। ਇਸ ਕਰਕੇ ਅਸੀਂ ਮੀਡੀਆ ਦੇ ਜ਼ਰੀਏ ਤਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਿੰਘ ਸਾਹਿਬ ਦੇ ਨਾਲ ਖੜਨਾ ਚਾਹੀਦਾ, ਉਹਨਾਂ ਦੇ ਪਰਿਵਾਰ ਬਾਰੇ ਜਾਂ ਉਹਨਾਂ ਵਾਸਤੇ ਕੋਈ ਉਂਗਲ ਉਠਾਉਂਦਾ ਅਤੇ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ, ਤਾਂ ਕਿ ਸਿੱਖ ਜਿਹੜੇ ਪੰਥ ਦੇ ਜਿਹੜੀਆਂ ਮਹਾਨ ਸੰਸਥਾਵਾਂ ਇਹਨਾਂ ਦਾ ਮਾਣ ਮਰਿਆਦਾ ਬਹਾਲ ਰਹੇ ਅਤੇ ਸਿੱਖ ਪੰਥ ਦੇ ਜਿਹੜੇ ਜਥੇਦਾਰ ਆ ਉਹਨਾਂ ਦਾ ਵੀ ਜਿਹੜਾ ਜਿਹੜਾ ਮਾਣ ਮਰਿਆਦਾ ਜਿਹੜੀ ਵਧੀ ਰਹੇ। ਇੰਨੀਆਂ ਬੇਨਤੀਆਂ ਹਰਿ ਖਾਲਸਾ। ਜਿਹੜਾ ਕੱਲ੍ਹ ਦਾ ਘਟਨਾਕ੍ਰਮ ਹੋਇਆ ਉਹਦੇ ਸੰਬੰਧ ਦੇ ਵਿੱਚ ਅਸੀਂ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਸਮਾਂ ਵਾ ਇਹ ਬੜਾ ਤੁਹਾਡੇ ਵਾਸਤੇ ਬੜਾ ਕੀਮਤੀ ਆ, ਇਸ ਕਰਕੇ ਤੁਸੀਂ ਜਿਹੜਾ ਅਸਤੀਫੇ ਦੀ ਗੱਲ ਕੀਤੀ ਆ ਇਹ ਤੁਹਾਨੂੰ ਬੇਨਤੀ ਕਰਦੀ ਸੰਗਤਾਂ ਤੁਹਾਡੇ ਨਾਲ ਬਹੁਤ ਪਿਆਰ ਵਾ ਅਤੇ ਤੁਸੀਂ ਜਿਹੜਾ ਆਪਣਾ ਅਸਤੀਫਾ ਵਾਪਸ ਲਓ ਅਤੇ ਇਸ ਟਾਈਮ ਤਕੜੇ ਹੋ ਕੇ ਜਥੇਦਾਰੀ ਦਾ ਰੋਲ ਨਿਭਾਓ। ਅੱਛਾ, ਜੇਕਰ ਗੱਲ ਕੀਤੀ ਜਾਵੇ ਇਸ ਘਟਨਾ ਤੋਂ ਬਾਅਦ ਪੂਰੇ ਸਿੱਖ ਪੰਥ ਦੇ ਵਿੱਚ ਰੋਸ ਹੈਗਾ, ਰੋਸ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਬਲਟੋਹੇ 'ਤੇ ਵੀ ਉਂਗਲ ਚੱਕੀ ਜਾ ਰਹੀ ਹੈ ਅਤੇ ਅੱਜ ਸੁਰਿੰਦਰ ਸਿੰਘ ਰੰਧਾਵਾ 'ਤੇ FIR ਦੀ ਮੰਗ ਵੱਲੋਂ ਮੰਗ ਕੀਤੀ ਗਈ ਹੈ। ਇਹ ਦੇਖੋ ਇਹ ਜਿਹੜੇ ਲੋਕਾਂ ਨੂੰ ਪਾਠ ਪੜ੍ਹਾਉਂਦੇ ਹੁੰਦੇ ਕਿ ਅਕਾਲ ਤਖ਼ਤ ਦੀ ਮਾਣ ਮਰਿਆਦਾ ਸਿੰਘ ਸਾਹਿਬ ਦਾ ਜਿਹੜਾ ਸਤਿਕਾਰ ਨਹੀਂ ਕਰਦੇ, ਅੱਜ ਦੇਖੋ ਇਹ ਖੁਦ ਜਿਹੜੇ ਆ ਆਪਣਾ ਨੂੰ ਬੜੇ ਪੰਥਕ ਖਵਾਉਂਦੇ ਸੀਗੇ, ਅੱਜ ਉਹ ਕਿਵੇਂ ਮਾਣ ਮਰਿਆਦਾ ਨੂੰ ਢਾਹ ਲਾ ਰਹੇ ਆ। ਅਸੀਂ ਤਾਂ ਕਹਿੰਦੇ ਹਾਂ ਕਿ ਇਹਨਾਂ ਦੇ ਹੁਣ ਜਿੱਦਾਂ ਦੇ ਕਰਮੀ ਇਹਨਾਂ ਨੇ ਇੱਦਾਂ ਦੇ ਕੀਤੇ ਹੋਏ ਕਿ ਕੁਦਰਤ ਵੱਲੋਂ ਹੀ ਬਹਾਨੇ ਬਣ ਰਹੇ ਆ, ਇਹ ਅੱਗੇ ਪਲਾ ਹੀ ਹੱਥ ਮਾਰ ਰਹੇ ਆ। ਅਸੀਂ ਸਿੰਘ ਸਾਹਿਬ ਨੂੰ ਕਿਹਾ ਕਿ ਤਗੜੇ ਹੋ ਤੁਸੀਂ, ਪੰਥ ਤੁਹਾਡੇ ਨਾਲ ਵਾ, ਅਤੇ ਇਸ ਕਰਕੇ ਇਹਨਾਂ ਨੂੰ ਵਾਹਿਗੁਰੂ ਸਜ਼ਾ ਦੇ ਰਿਹਾ, ਇਹਨਾਂ ਨੇ ਕੰਮ ਹੀ ਜਿਹੜੇ ਕੌਮ ਦੇ ਨਾਲ ਦੇਸ਼ ਜਿਹੜਾ ਧੋਖਾ ਕੀਤਾ ਹੋਇਆ ਉਹਦੀ ਸਜ਼ਾ ਮਿਲ ਰਹੀ ਹੈ। ਜਥੇਦਾਰ ਸਾਹਿਬ ਦੇ ਆਦੇਸ਼ ਤੋਂ ਬਾਅਦ ਵੀ ਜਿਹੜਾ ਹੈਗਾ ਭੁੰਦੜ ਸਾਹਿਬ ਵੱਲੋਂ ਕਾਰਵਾਈ ਨਹੀਂ ਕੀਤੀ ਗਈ, ਜਿਸ ਤਰ੍ਹਾਂ ਉਹਨਾਂ ਕਿਹਾ ਸੀ 10 ਸਾਲ ਲਈ ਜਿਹੜਾ ਹੈਗਾ ਇਹਨਾਂ ਨੂੰ ਬਾਹਰ ਕੱਢਿਆ ਜਾਵੇ, ਪਰ ਅੱਜ ਅਸਤੀਫਾ ਮਨਜ਼ੂਰ ਕਰ ਲਿਆ ਉਹਨਾਂ ਦਾ। ਇਹ ਦੇਖੋ ਜੀ ਇੱਥੋਂ ਪਤਾ ਲੱਗਦਾ ਕਿ ਜਿਹੜੀ ਉਹ ਅਕਾਲੀ ਪਾਰਟੀ ਉਹ ਬਲਟੋਆ ਇਕੱਲਾ ਨਹੀਂ ਬੋਲ ਰਿਹਾ, ਉਹਦੇ ਪਿੱਛੇ ਬੋਲ ਰਿਹਾ ਕੋਈ, ਉਹ ਬਚਾਉਣ ਦਾ ਕੋਈ ਤਰੀਕਾ ਲੱਭ ਰਿਹਾ ਸੀ ਅਤੇ ਉਹਦੇ ਵਿੱਚ ਆਹ ਵੀ ਫਸਦੇ ਜਾ ਰਹੇ। ਹੋਰ ਕੋਈ ਕਹਿੰਦੇ ਉਹ ਸ਼੍ਰੋਮਣੀ ਕਮੇਟੀ ਵਾਲੇ ਵੀ ਦੇਖੋ ਕਿਵੇਂ ਕਰ ਰਹੇ ਆ, ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਸਿੱਖ ਪੰਥ ਜਿਹੜਾ ਦੂਜੇ ਪਾਸੇ ਹੋਇਆ, ਫਿਰ ਉਹ ਬਿਆਨ ਦੂਜੇ ਪਾਸੇ ਗਏ, ਜਦੋਂ ਧਾਮੀ ਸਾਹਿਬ ਵੀ ਜਿਹੜਾ ਘੁਮਾ ਘੁਮਾ ਕੇ ਰਾਤ ਦੀਆਂ ਗੱਲਾਂ ਕਰ ਰਹੇ ਸੀ ਕਿ ਉਹ ਇਸ ਤਰ੍ਹਾਂ ਨਹੀਂ, ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਜਦੋਂ ਉਹ ਖੁਦ ਉਹਨੂੰ ਨਹੀਂ ਕਹਿ ਰਹੇ ਕਿ ਤੁਸੀਂ ਜਿਹੜਾ ਗਲਤ ਕਰ ਰਹੇ ਹੋ, ਮਾਣ ਮਰਿਆਦਾ ਨੂੰ ਢਾਹ ਲਾ ਰਹੇ ਹੋ। ਇਸ ਕਰਕੇ ਅਸੀਂ ਮੀਡੀਆ ਦੇ ਜ਼ਰੀਏ ਤਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਿੰਘ ਸਾਹਿਬ ਦੇ ਨਾਲ ਖੜਨਾ ਚਾਹੀਦਾ, ਉਹਨਾਂ ਦੇ ਪਰਿਵਾਰ ਬਾਰੇ ਜਾਂ ਉਹਨਾਂ ਵਾਸਤੇ ਕੋਈ ਉਂਗਲ ਉਠਾਉਂਦਾ ਅਤੇ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ, ਤਾਂ ਕਿ ਸਿੱਖ ਜਿਹੜੇ ਪੰਥ ਦੇ ਜਿਹੜੀਆਂ ਮਹਾਨ ਸੰਸਥਾਵਾਂ ਇਹਨਾਂ ਦਾ ਮਾਣ ਮਰਿਆਦਾ ਬਹਾਲ ਰਹੇ ਅਤੇ ਸਿੱਖ ਪੰਥ ਦੇ ਜਿਹੜੇ ਜਥੇਦਾਰ ਆ ਉਹਨਾਂ ਦਾ ਵੀ ਜਿਹੜਾ ਜਿਹੜਾ ਮਾਣ ਮਰਿਆਦਾ ਜਿਹੜੀ ਵਧੀ ਰਹੇ। ਇੰਨੀਆਂ ਬੇਨਤੀਆਂ ਹਰਿ ਖਾਲਸਾ। ਜਿਹੜਾ ਕੱਲ੍ਹ ਦਾ ਘਟਨਾਕ੍ਰਮ ਹੋਇਆ ਉਹਦੇ ਸੰਬੰਧ ਦੇ ਵਿੱਚ ਅਸੀਂ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਅਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਸਮਾਂ ਵਾ ਇਹ ਬੜਾ ਤੁਹਾਡੇ ਵਾਸਤੇ ਬੜਾ ਕੀਮਤੀ ਆ, ਇਸ ਕਰਕੇ ਤੁਸੀਂ ਜਿਹੜਾ ਅਸਤੀਫੇ ਦੀ ਗੱਲ ਕੀਤੀ ਆ ਇਹ ਤੁਹਾਨੂੰ ਬੇਨਤੀ ਕਰਦੀ ਸੰਗਤਾਂ ਤੁਹਾਡੇ ਨਾਲ ਬਹੁਤ ਪਿਆਰ ਵਾ ਅਤੇ ਤੁਸੀਂ ਜਿਹੜਾ ਆਪਣਾ ਅਸਤੀਫਾ ਵਾਪਸ ਲਓ ਅਤੇ ਇਸ ਟਾਈਮ ਤਕੜੇ ਹੋ ਕੇ ਜਥੇਦਾਰੀ ਦਾ ਰੋਲ ਨਿਭਾਓ। ਅੱਛਾ, ਜੇਕਰ ਗੱਲ ਕੀਤੀ ਜਾਵੇ ਇਸ ਘਟਨਾ ਤੋਂ ਬਾਅਦ ਪੂਰੇ ਸਿੱਖ ਪੰਥ ਦੇ ਵਿੱਚ ਰੋਸ ਹੈਗਾ, ਰੋਸ ਤੋਂ ਬਾਅਦ ਜਿਹੜਾ ਹੈਗਾ ਲਗਾਤਾਰ ਬਲਟੋਹੇ 'ਤੇ ਵੀ ਉਂਗਲ ਚੱਕੀ ਜਾ ਰਹੀ ਹੈ ਅਤੇ ਅੱਜ ਸੁਰਿੰਦਰ ਸਿੰਘ ਰੰਧਾਵਾ 'ਤੇ FIR ਦੀ ਮੰਗ ਵੱਲੋਂ ਮੰਗ ਕੀਤੀ ਗਈ ਹੈ।
ये देखो ये जिहड़े लोकां नूं पाठ पढ़ाउंदे हुंदे सी कि ਕਾਲ ਤਖ਼ਤ ਦੀ ਮਾਣ ਮਰਿਆਦਾ ਸਿੰਘ ਸਾਹਿਬ ਦਾ ਜਿਹੜਾ ਸਤਿਕਾਰ ਨਹੀਂ ਕਰਦੇ, ਅੱਜ ਦੇਖੋ ਇਹ ਖੁਦ ਜਿਹੜੇ ਆ ਆਪਣਾ ਨੂੰ ਬੜੇ ਪੰਥਕ ਖਵਾਉਂਦੇ ਸੀਗੇ, ਅੱਜ ਉਹ ਕਿਵੇਂ ਮਾਣ ਮਰਿਆਦਾ ਨੂੰ ਢਾਲ ਆ ਰਹੇ ਆ। ਅਸੀਂ ਤਾਂ ਕਹਿੰਦੇ ਹਾਂ ਕਿ ਇਹਨਾਂ ਦੇ ਹੁਣ ਜਿੱਦਾਂ ਦੇ ਕਰਮੀ ਇਹਨਾਂ ਨੇ ਇੱਦਾਂ ਦੇ ਕੀਤੇ ਹੋਏ ਕਿ ਕੁਦਰਤ ਵੱਲੋਂ ਹੀ ਬਹਾਨੇ ਬਣ ਰਹੇ ਆ, ਇਹ ਅੱਗੇ ਪਲਾ ਹੱਥ ਮਾਰ ਰਹੇ ਆ। ਅਸੀਂ ਸਿੰਘ ਸਾਹਿਬ ਨੂੰ ਕਿਹਾ ਕਿ ਤਗੜੇ ਹੋ ਤੁਸੀਂ, ਪੰਥ ਤੁਹਾਡੇ ਨਾਲ ਵਾ, ਅਤੇ ਇਸ ਕਰਕੇ ਇਹਨਾਂ ਨੂੰ ਵਾਹਿਗੁਰੂ ਸਜ਼ਾ ਦੇ ਰਿਹਾ। ਇਹਨਾਂ ਨੇ ਕੰਮ ਹੀ ਜਿਹੜੇ ਕੌਮ ਦੇ ਨਾਲ ਦੇਸ਼ ਜਿਹੜਾ ਧੋਖਾ ਕੀਤਾ ਹੋਇਆ ਨਾ, ਉਹਦੀ ਸਜ਼ਾ ਮਿਲ ਰਹੀ ਹੈ। ਜਥੇਦਾਰ ਸਾਹਿਬ ਦੇ ਆਦੇਸ਼ ਤੋਂ ਬਾਅਦ ਵੀ ਜਿਹੜਾ ਹੈਗਾ ਭੁੰਦੜ ਸਾਹਿਬ ਵੱਲੋਂ ਕਾਰਵਾਈ ਨਹੀਂ ਕੀਤੀ ਗਈ, ਜਿਸ ਤਰ੍ਹਾਂ ਉਹਨਾਂ ਕਿਹਾ ਸੀ 10 ਸਾਲ ਲਈ ਜਿਹੜਾ ਹੈਗਾ ਇਹਨਾਂ ਨੂੰ ਬਾਹਰ ਕੱਢਿਆ ਜਾਵੇ, ਪਰ ਅੱਜ ਅਸਤੀਫਾ ਮਨਜ਼ੂਰ ਕਰ ਲਿਆ ਉਹਨਾਂ ਦਾ। ਇਹ ਦੇਖੋ ਜੀ ਇੱਥੋਂ ਪਤਾ ਲੱਗਦਾ ਕਿ ਜਿਹੜੀ ਉਹ ਅਕਾਲੀ ਪਾਰਟੀ ਉਹ ਬਲਟੋਆ ਇਕੱਲਾ ਨਹੀਂ ਬੋਲ ਰਿਹਾ, ਉਹਦੇ ਪਿੱਛੇ ਬੋਲ ਰਿਹਾ ਕੋਈ। ਠੀਕ ਹੈ, ਉਹ ਬਚਾਉਣ ਦਾ ਕੋਈ ਤਰੀਕਾ ਲੱਭ ਰਿਹਾ ਸੀ ਅਤੇ ਉਹਦੇ ਵਿੱਚ ਆਹ ਵੀ ਫਸਦੇ ਜਾ ਰਿਹਾ। ਠੀਕ ਹੈ, ਹੋਰ ਕੋਈ ਕਿਉਂਦੇ ਉਹ ਸ਼੍ਰੋਮਣੀ ਕਮੇਟੀ ਵਾਲੇ ਵੀ ਦੇਖੋ ਕਿਵੇਂ ਕਰ ਰਹੇ ਆ, ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਸਿੱਖ ਪੰਥ ਜਿਹੜਾ ਦੂਜੇ ਪਾਸੇ ਹੋਇਆ, ਫਿਰ ਉਹ ਬਿਆਨ ਦੂਜੇ ਪਾਸੇ ਗਏ। ਧਾਮੀ ਸਾਹਿਬ ਵੀ ਜਿਹੜਾ ਘੁਮਾ ਘੁਮਾ ਕੇ ਰਾਤ ਦੀਆਂ ਗੱਲਾਂ ਕਰ ਰਹੇ ਸੀ ਕਿ ਉਹ ਇਸ ਤਰ੍ਹਾਂ ਨਹੀਂ, ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਜਦੋਂ ਉਹ ਖੁਦ ਉਹਨੂੰ ਨਹੀਂ ਕਹਿ ਰਹੇ ਕਿ ਤੁਸੀਂ ਜਿਹੜਾ ਗਲਤ ਕਰ ਰਹੇ ਹੋ, ਮਾਣ ਮਰਿਆਦਾ ਨੂੰ ਢਾਲ ਲਾ ਰਹੇ ਹੋ। ਇਸ ਕਰਕੇ ਅਸੀਂ ਮੀਡੀਆ ਦੇ ਜ਼ਰੀਏ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਿੰਘ ਸਾਹਿਬ ਦੇ ਨਾਲ ਖੜਨਾ ਚਾਹੀਦਾ, ਉਹਨਾਂ ਦੇ ਪਰਿਵਾਰ ਬਾਰੇ ਜਾਂ ਉਹਨਾਂ ਵਾਸਤੇ ਕੋਈ ਉਂਗਲ ਉਠਾਉਂਦਾ ਤਾਂ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ, ਤਾਂ ਕਿ ਸਿੱਖ ਜਿਹੜੇ ਪੰਥ ਦੇ ਜਿਹੜੀਆਂ ਮਹਾਨ ਸੰਸਥਾਵਾਂ ਇਹਨਾਂ ਦਾ ਮਾਣ ਮਰਿਆਦਾ ਬਹਾਲ ਰਹੇ, ਅਤੇ ਸਿੱਖ ਪੰਥ ਦੇ ਜਿਹੜੇ ਜਥੇਦਾਰ ਆ ਉਹਨਾਂ ਦਾ ਵੀ ਜਿਹੜਾ ਮਾਣ ਮਰਿਆਦਾ ਜਿਹੜੀ ਵਧੀ ਰਹੇ। ਇੰਨੀਆਂ ਬੇਨਤੀਆਂ। ਵਾਹਿਗੁਰੂ ਖਾਲਸਾ।